ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੇਰਾ ਨਾਮ ਪ੍ਰੀਤ ਔਜਲਾ ਐਂਡ ਮੈਂ ਅੱਜ ਲਾਹੌਰ ਦੇ ਵਿੱਚ ਹਾਂ। ਪੁਲਿਸ ਸਟੇਸ਼ਨ ਵਿਜ਼ਿਟ ਕਰ ਰਹੇ ਹਾਂ ਅਤੇ ਸਾਨੂੰ ਇਹਨਾਂ ਨੇ ਸਾਰੇ ਕੈਮਰੇਜ਼ ਦਿਖਾਏ ਕਿ ਕਿੱਦਾਂ ਸੀ ਸੀ ਟੀ ਵੀ ਮੋਨੀਟਰਿੰਗ ਹੁੰਦੀ ਆ। ਸੋ ਉਹ ਦੇਖ ਕੇ ਮੈਨੂੰ ਬਹੁਤ ਸੇਫ ਫੀਲ ਹੁੰਦਾ ਅਤੇ ਮੈਂ ਕੈਨੇਡਾ ਤੋਂ ਆਈ ਹੋਈ ਹਾਂ, ਪਹਿਲੀ ਵਾਰ ਪਾਕਿਸਤਾਨ ਆਈ ਹਾਂ। ਪਾਕਿਸਤਾਨ ਇਜ਼ ਅ ਬਿਊਟੀਫੁਲ ਕੰਟਰੀ, ਮੈਨੂੰ ਬਹੁਤ ਵਧੀਆ ਲੱਗਿਆ। ਇੱਥੋਂ ਦੇ ਲੋਕ ਇੰਨਾ ਜ਼ਿਆਦਾ ਪਿਆਰ ਦਿੱਤਾ ਸਾਨੂੰ ਐਂਡ ਸਿਕਿਉਰਿਟੀ ਇਜ਼ ਲਾਈਕ ਟੌਪ ਨੌਚ। ਮੈਨੂੰ ਲੱਗਦਾ ਮੈਂ ਕੋਈ ਵੀ ਕੰਟਰੀ 'ਚ ਗਈ ਹਾਂ ਉੱਥੇ ਮੈਂ ਇੱਦਾਂ ਦੀ ਸਿਕਿਉਰਿਟੀ ਨਹੀਂ ਨੋਟ ਕੀਤੀ। ਸੋ ਜਦੋਂ ਅਸੀਂ ਹੋਟਲ ਤੋਂ ਤੁਰਦੇ ਹਾਂ ਅਤੇ ਸ਼ਾਮ ਨੂੰ ਵਾਪਸ ਆਉਂਦੇ ਹਾਂ, ਉਦੋਂ ਤੱਕ ਸਾਡੇ ਨਾਲ ਪੁਲਿਸ ਰਹਿੰਦੀ ਹੈ। ਸੋ ਆਈ ਫੈਲਟ ਸੋ ਸੇਫ ਬੀਂਗ ਹੇਅਰ ਐਂਡ ਮੈਂ ਸਾਰਿਆਂ ਨੂੰ ਇਨਕਰੇਜ ਕਰੂੰਗੀ, ਸਪੈਸ਼ਲੀ ਯੰਗਸਟਰਸ, ਤੁਸੀਂ ਪਲੀਜ਼ ਪਾਕਿਸਤਾਨ ਆ ਕੇ ਵਿਜ਼ਿਟ ਕਰੋ ਅਤੇ ਇੱਥੇ ਦੇ ਲੋਕਾਂ ਨੂੰ ਮਿਲੋ ਅਤੇ ਇੱਥੋਂ ਦੀਆਂ ਲੋਕੇਸ਼ਨਸ, ਗੁਰਦੁਆਰੇ ਵਿਜ਼ਿਟ ਕਰੋ ਅਤੇ ਤੁਹਾਨੂੰ ਆਪ ਇੱਥੇ ਆ ਕੇ ਬਹੁਤ ਸੇਫ ਫੀਲ ਹੋਊਗਾ। ਐਂਡ ਲਾਹੌਰ ਵਾਜ਼ ਲਾਈਕ ਮਾਈ ਡਰੀਮ, ਛੋਟੀ ਹੁੰਦੀ ਤੋਂ ਮੇਰਾ ਡਰੀਮ ਸੀਗਾ ਕਿ ਮੈਂ ਲਾਹੌਰ ਆਵਾਂ ਅਤੇ ਇੱਥੇ ਦੇ ਲੋਕ ਤਾਂ ਬਸ ਕੀ ਕਹੀਏ, ਸਾਡੇ ਬਲੱਡ ਦਾ ਰਿਸ਼ਤਾ ਉਹਨਾਂ ਨਾਲ। ਸੋ ਮੈਨੂੰ ਬਹੁਤ ਵਧੀਆ ਲੱਗੇ ਇੱਥੇ ਆ ਕੇ। ਸੋ ਥੈਂਕ ਯੂ ਸੋ ਮੱਚ ਟੂ ਪਾਕਿਸਤਾਨ ਗਵਰਨਮੈਂਟ, ਦ ਪੁਲਿਸ ਐਂਡ ਐਵਰੀਬਡੀ ਜਿਨ੍ਹਾਂ ਨੇ ਸਾਡਾ ਇਹ ਟ੍ਰਿਪ ਸਾਨੂੰ ਆਉਣ ਦਾ ਮੌਕਾ ਦਿੱਤਾ। ਸੋ ਥੈਂਕ ਯੂ ਸੋ ਮੱਚ।